ਹੈਲੋ ਐਂਡ ਵੈਲਕਮ ਗਾਈਸ, ਕਿਵੇਂ ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਗਾਈਸ ਆਪਾਂ ਪੂਰੇ ਘੈਂਟ ਆ। ਤੇ ਮਿੱਤਰੋ, ਬਾਰਡਰ ਦੇ ਉੱਤੇ ਰਾਤ ਪੈ ਗਿਆ ਸੀ, ਮੀਂਹ ਕਹਿੰਦੇ ਮੀਂਹ ਪੈ ਗਿਆ ਸੀ ਤੇ ਚਾਨਣੀਆਂ ਚੂਨਣੀਆਂ ਹੁਣ ਤਾਂ ਧੁੱਪ ਲੱਗ ਗਈ, ਸੁੱਕ ਗਈਆਂ ਬਈ, ਗਿੱਲੀਆਂ ਹੋ ਗਈਆਂ ਸੀ ਹੈ ਨਾ। ਬਾਕੀ ਸੈੱਟ ਆ, ਥੋੜ੍ਹਾ ਜਿਹਾ ਚਿੱਕੜ ਹੋ ਗਿਆ ਅਤੇ ਮਿੱਟੀ ਮੁੱਟੀ ਬੂਟਾਂ ਨੂੰ ਲੱਗਦੀ ਪਈ ਆ, ਟਾਇਰਾਂ ਨੂੰ ਟਰੈਕਟਰਦਿਆਂ ਨੂੰ ਲੱਗਦੀ ਪਈ ਹੈ। ਬਾਕੀ ਦੋ ਕੁ ਘੰਟਿਆਂ ਤੱਕ ਇਹ ਵੀ ਮਿੱਟੀ ਮੁੱਟੀ ਵੀ ਸੁੱਕ ਜਾਣੀ, ਜਿਹੜੀ ਗਿੱਲੀ ਹੋਈ ਪਈ, ਚਿੱਕੜ ਜਿਹਾ ਹੋਇਆ ਪਿਆ, ਸੈੱਟ ਹੋ ਜਾਣਾ ਸਾਰਾ ਕੁਛ। ਅਤੇ ਬਾਕੀ ਧਰਨੇ ਦਾ ਮਾਹੌਲ ਵਧੀਆ, ਪੂਰਾ ਸ਼ਾਂਤਮਈ ਆ ਅਤੇ ਆਪਾਂ ਵੀ ਬਈ ਸ਼ਾਂਤਮਈ ਰੱਖਦੇ ਹਾਂ, ਪਰ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੈ ਨਾ। ਚਲੋ ਸਹੀ ਆ, ਬਾਬਾ ਕਰੂ ਕਿਰਪਾ ਬਈ, ਕੱਲ੍ਹ ਨੂੰ 11 ਵਜੇ ਦੇਖਦੇ ਹਾਂ। ਸਾਰਿਆਂ ਨੇ ਕੌਲ ਤਾਂ ਦਿੱਤੀ ਆ, ਕੱਲ੍ਹ ਨੂੰ 11 ਵਜੇ ਦਿੱਲੀ ਜਾਣਾ ਅਤੇ ਬਾਕੀ ਬਈ ਸਾਰਿਆਂ ਦੇ ਨਾਲ ਹੀ ਆ ਯਾਰ, ਸਹੀ ਆ ਨਾ। ਮੈਂ ਕਿਹਾ ਸਾਰਿਆਂ ਦੇ ਨਾਲ ਹੀ ਆ ਜਿਵੇਂ ਚੱਲੂਗਾ। ਲਸੰਸ ਤਾਂ ਚਲੋ ਮਿਲੀ ਜਾਂਦੇ ਰਹਿੰਦੇ, ਲਸੰਸ ਤੋਂ ਘਬਰਾਉਣਾ ਨੀ ਚਾਹੀਦਾ, ਨਹੀਂ ਤਾਂ ਬਸ ਸਹੀ ਆ, ਪਿੰਡ ਵੀ ਜਾ ਵੜਾਂਗੇ, ਕੋਈ ਚੱਕਰ ਨੀ। ਹਾਂ, ਇੱਥੇ ਕਿੰਨੇ ਕੁ ਦਿਨ ਬੈਠੇ ਰਹਾਂਗੇ ਬਾਈ, ਜਾਂ ਤਾਂ ਫਿਰ ਪਿੰਡ ਚੱਲਾਂਗੇ ਅਸੀਂ ਤਾਂ, ਠੀਕ ਆ। ਫਿਰ ਆਪਦੇ ਕੰਮ ਧੰਦੇ ਛੱਡ ਕੇ ਉਹ ਵੇਖਾਂਗੇ ਨਾ, ਜੇ ਦਿੱਲੀ ਜਾਣਾ ਅਸੀਂ ਤਾਂ ਦਿੱਲੀ ਪਹੁੰਚਾਉਣਾ ਆ ਬਾਈ, ਦਿੱਲੀ ਕੂਚ ਕਰਨਾ ਦੱਸੋ, ਅਤੇ ਨਹੀਂ ਫਿਰ ਪਿੰਡ ਚੱਲਾਂਗੇ, ਠੀਕ ਹੈ। ਬਾਕੀ ਕੰਮ ਓਕੇ ਹੈ, ਆਹ ਵੇਖ ਲਓ ਐਂ ਚਿੱਕੜ ਜਿਹਾ ਹੋਇਆ ਪਿਆ ਯਾਰ, ਚੁਣ ਡੈਣਾਸੁਰ ਤੋਂ ਜਾ ਕੇ ਲਾਉਂਦੇ ਹਾਂ ਤਰਪਾਲ ਟਰੈਕਟਰ ਤੋਂ, ਤਰਪਾਲ ਤਰਪੂਲ ਲਾ ਕੇ ਡੈਣਾਸੁਰ ਤੋਂ ਕੱਢਦੇ ਹਾਂ ਗੇੜਾ ਸ਼ੇਰਾ, ਬਈ ਗਾਂ ਚੱਲ ਗਏ ਬਾਰਡਰ 'ਤੇ ਜਿਹੜਾ ਭਰਾ ਕੇ ਆਈਏ ਦੋ ਚਾਰ ਦੇ ਸਾਰੂ ਸਾਂ, ਸਹੀ ਆ। ਲਓ ਬਾਈ ਗਾਈਵ ਕਹਿੰਦੇ ਟਰੈਕਟਰ ਕੱਢ ਲਈ ਬਾਹਰ, ਅਤੇ ਮੈਂ ਕਿਹਾ ਚਲੋ ਫਿਰ ਇੱਧਰ ਨੂੰ ਇੱਕ ਗੇੜਾ ਕੱਢ ਕੇ ਆਉਂਦੇ ਹਾਂ, ਬਹੁਤ ਵਾਰ ਤੱਕ ਟਰਾਲੀਆਂ ਖੜੀਆਂ ਬਾਈ ਯਾਰ, ਇੱਥੋਂ ਉਹ ਬਾਰਡਰ ਤੋਂ ਸਟਾਰਟ ਹੋ ਕੇ ਇੱਥੋਂ ਬਾਰਡਰ ਜਿੱਥੋਂ ਅਸੀਂ ਟਰੈਕਟਰ ਤੋਂ ਰਹੇ, ਇੱਥੋਂ ਬਾਰਡਰ ਵੀ 2 ਕਿਲੋਮੀਟਰ ਆ, ਇੱਥੋਂ ਲੈ ਕੇ ਉਹ ਪਿੱਛੋਂ ਤੱਕ ਖੜੀਆਂ। ਆਹ ਦੇਖ ਲਓ ਬਾਈ, ਰਾਤ ਮੀਂਹ ਆਇਆ ਸੀਗਾ, ਚਿੱਕੜ ਚਿੱਕੜ ਜਿਹਾ ਹੋ ਗਿਆ, ਹੁਣ ਸੜਕਾਂ ਹੋਈਆਂ ਸਾਫ਼ ਅਤੇ ਹੁਣ ਆਪਾਂ ਕੱਢ ਲਿਆ ਟਰੈਕਟਰ। ਬਾਕੀ ਓਕੇ ਆ ਕੰਮ ਬਾਈ, ਆਵੇ ਤੂੜੀ ਵਾਲੀਆਂ ਟਰਾਲੀਆਂ 'ਚ ਲੰਗਰ ਮਰਿਆਦਾ ਆ ਰਿਹਾ ਮਿੱਤਰੋ, ਲੈ ਬਾਈ ਹੁਣ ਮੁੜੇ ਹਾਂ, ਉਹ ਤਾਂ ਕਿੰਨੀ ਵਾਰ ਗਏ ਲੰਮਾ, ਆਹ ਪੈਟਰੋਲ ਪੰਪ ਤੋਂ ਉਹ ਪੈਟਰੋਲ ਪੰਪ ਘੱਟੋ ਘੱਟ 1.5 ਕਿਲੋਮੀਟਰ ਆ, ਅਤੇ ਅਜੇ ਪਿੱਛੇ ਵੀ ਕਿਲੋਮੀਟਰ ਆ। ਹਾਂ ਉਹ ਕਵੇਂ ਆ, ਤੈਨੂੰ ਹੀ ਲੱਭਦੇ ਫਿਰਦੇ ਆ, ਉਰੇ ਆ ਕਿਉਂ ਬਾਈ ਸਿੰਘੋ, ਤਿਆਰ ਬਣ ਆ ਗਏ ਬਾਈ, ਬਸ ਧੰਨਵਾਦ ਜੀ ਧੰਨਵਾਦ, ਤਿਆਰ ਬਣ, ਤਿਆਰ ਆ ਸਿੰਘੋ, ਦਿੱਲੀ ਕੁਝ ਕਰ ਹਜੇ ਕਹਿੰਦੇ ਕੋ ਖਾਂਦੇ ਨੀ ਅਸੀਂ। ਲਓ ਬਈ ਮਿੱਤਰੋ ਆ ਗਏ ਬਾਰਡਰ ਤੇ ਇੱਕ ਗੱਲ ਜਰੂਰ ਕਹਿਣੀ ਚਾਹੁੰਦੇ ਆ ਬਾਈ, ਸਾਰੇ ਆਗੂਆਂ ਦੇ ਜਥੇਬੰਦੀਆਂ ਦੇ ਨਾਲ ਹੈ ਬਾਈ,
ਸਾਰੇ ਆਗੂਆਂ ਤੇ ਜਥੇਬੰਦੀਆਂ ਦੇ ਅਸੀਂ ਨਾਲ ਆ। ਕਈ ਵਾਰੀ ਜੋਸ਼ ਦੇ ਵਿੱਚ ਬਾਈ ਹੋਸ਼ ਖੋ ਬੈਠਦੇ ਆ ਹਨਾ, ਕਵੇਂ ਕੱਲ ਚਲੋ ਕੋਈ ਗੱਲ ਨੀ ਬਾਈ, ਸਾਰੇ ਜਥੇਬੰਦੀਆਂ ਆਗੂਆਂ ਦੇ ਨਾਲ ਆ, ਜਿਵੇਂ ਕਹਿਣਗੇ ਉਵੇਂ ਕਰਾਂਗੇ। ਤੇ ਬਾਕੀ ਬਾਈ ਕੱਲ ਨੂੰ 11 ਵਜੇ ਤਾਂ ਦਿੱਲੀ ਚੱਲਾਂਗੇ ਠੀਕ ਆ। ਸਾਰੇ ਕਹੀ ਜਾਂਦੇ, ਜਥੇਬੰਦੀਆਂ ਨੇ ਵੀ ਕਿਹਾ, ਸਾਰੇ ਆਗੂਆਂ ਨੇ ਵੀ ਕਿਹਾ, ਕੱਲ ਨੂੰ 11 ਵਜੇ ਦਿੱਲੀ ਕੂਚ ਕਰਾਂਗੇ ਬਾਈ। ਬਾਕੀ ਸਾਰਿਆਂ ਦੇ ਨਾਲ ਆ ਮਿੱਤਰੋ ਠੀਕ ਆ। ਇਹ ਨਾ ਤੁਸੀਂ ਕਿਹੋ ਕਿ ਕਿਸੇ ਦੇ ਨਾਲ ਨਹੀਂ, ਸਾਰੇ ਆਗੂ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਆ, ਜਿਵੇਂ ਕਹਿਣਗੇ ਉਵੇਂ ਕਰਾਂਗੇ। ਆਹ ਸੇਫ ਤੇ ਤੇ ਆਵੇ ਇੱਥੇ ਬਾਈ ਸੀਗੇ ਕੈਲ ਸਾਈਬਰ ਵਾਲਾ ਪੇ ਖੜੇ ਹੋ ਗਏ। ਆਹ ਦੇਖ ਲਓ ਅਗਰ ਪੁਨੇ ਨਿਵੇਦਨ ਕਰਤਾ ਹੂੰ, ਲੋਕ ਪਿੱਛੇ ਤੇ ਆਨੇ ਸ਼ੁਰੂ ਹੋ ਗਏ ਹੈ। ਆਪ ਨਿਸ਼ਾਨ ਸਾਈਬਰ ਵਾਲਾ ਪੇ ਖੜੇ ਹੋ। ਆਹ ਕੈਲ ਲਾਏ ਸੀ ਬਾਈ ਸਰਗੇ ਤਿੱਖੇ ਕਰ ਕਰਕੇ ਕਿ ਟਾਇਰ ਪਾੜਨ ਨੂੰ ਨਹੀਂ, ਇਹ ਖੜਦੇ ਆ ਦੋ ਥੋੜਿਆਂ ਦੀ ਮਾਰ, ਇਹ ਟੇਢੇ ਹੋ ਜਾਂਦੇ ਆ। ਇਹ ਜੇ ਸਾਨੂੰ ਰੋਕਣਗੇ, ਇਹ ਸਰਗੇ ਰੋਕਣਗੇ, ਇਹ ਰੋਕਣਗੇ ਯਾਰ। ਦੱਸ ਬਸ ਨੇੜੇ ਪਹੁੰਚ ਗਏ ਬਾਰਡਰ ਦੇ ਮਿੱਤਰੋ, ਸੰਗਲ ਚ ਪਾਉਣ ਨੂੰ ਮੱਝਾਂ ਹੱਥੇ ਹੋ ਜਾਣਾ, ਖੁਰਲੀ ਨਾ ਬੰਨਣ ਨੂੰ। ਮਿੱਤਰੋ ਹੋ ਗਿਆ ਸੀ ਮਾਹੌਲ ਗਰਮ, ਹੂਟਰ ਤੇ ਹੂਟਰ ਵੱਜ ਰਹੇ ਸੀ, ਫਿਰ ਵੀ ਚਲੋ ਸਾਰਿਆਂ ਨੂੰ ਸ਼ਾਂਤੀ ਨਾਲ ਟਿਕਾਇਆ ਕਿ ਬਾਈ ਬਣ ਕੇ ਐਦੀ ਦਿਹਾੜੀ ਵੇਟ ਕਰੋ, ਕੱਲ੍ਹ ਨੂੰ ਕੱਟਾ ਕੱਟੀ ਕੱਢਾਂਗੇ, ਟੈਨਸ਼ਨ ਨਾ ਲਓ। ਅਤੇ ਬਾਈ ਆਪਣੀ ਮੰਨੀ ਵੀ ਆ, ਸਾਰਿਆਂ ਨੇ ਤਾਰ ਤੋਂ ਪਿੱਛੇ ਹੋ ਕੇ ਤਾਰ ਲਾਤੀ ਆ, ਅਤੇ ਕੇਰਾਂ ਤਾਂ ਉੱਥੇ ਉੱਠ ਗਏ ਸੀਗੇ। ਮੈਂ ਕਿਹਾ ਨਹੀਂ ਯਾਰ, ਮੈਨੂੰ ਕਹਿੰਦੇ ਤੂੰ ਕੱਲ੍ਹ ਗਰਮ ਭਾਸ਼ਣ ਦਿੰਦਾ ਸੀ, ਅੱਜ ਕਾਹਤੋਂ ਠੰਡਾ ਬੋਲੀ ਜਾਂਦਾ। ਮੈਂ ਕਿਹਾ ਨਹੀਂ ਬਾਬਾ, ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾ, ਸਾਰਿਆਂ ਦੇ ਨਾਲ ਹੀ ਆ। ਅਤੇ ਜ਼ਰੂਰ ਐਦੀ ਦਿਹਾੜੀ ਲੰਘਾਓ, ਤਾਰ ਤੋਂ ਪਿੱਛੇ ਹੋ ਜਾਓ ਬਾਈ ਬਣ ਕੇ, ਕੋਈ ਨਾ ਅੱਜ ਦੀ ਦਿਹਾੜੀ ਨਘਾਓ, ਤਾਰ ਤੋਂ ਪਿੱਛੇ ਹੋ ਜਾਓ, ਕੱਲ ਨੂੰ ਕੋਈ ਨਾ ਕੱਟਾ ਕੱਟੀ ਕੱਢਾਂਗੇ, ਕੱਲ ਨੂੰ 11 ਵਜੇ ਦਿੱਲੀ ਚੱਲਾਂਗੇ, ਕੱਲ ਨੂੰ 11 ਵਜੇ ਦਿੱਲੀ ਚੱਲਾਂਗੇ। ਹੋਰ ਬਾਈ ਕੀ ਹਾਲ ਚਾਲ ਆ ਜੀ, ਠੀਕ ਹੋ ਵੀਰੇ ਸਾਰੇ ਜਾਣੇ? ਕੀ ਕਹਿ ਰਹੇ ਹੋ ਫਿਰ, ਬਾਰਡਰ ਕੀ ਕਹਿੰਦਾ ਤੁਹਾਨੂੰ? ਅੱਜ ਨੂੰ ਤਾਂ ਬਾਈ ਦਿੱਲੀ ਪਹੁੰਚੇ ਹੁੰਦੇ, ਬਸ ਇਹਨਾਂ ਕਰਕੇ ਬਾਈ ਅਸੀਂ ਰੁਕੇ ਵੇ ਆ ਕਿ ਸਾਨੂੰ ਆਏ ਆ ਕਿ ਹਾਂ ਇਹਨਾਂ ਦੇ ਨਾਲ ਆ ਬਾਈ, ਜਿਵੇਂ ਕਹਿਣਗੇ ਉਵੇਂ ਕਰਾਂਗੇ। ਕੋਈ ਗੱਲ ਨੀ, ਇੱਕ ਵਾਰੀ ਮੋਦੀ ਦੇ ਧੌਣ ਚੋਂ ਕਿੱਲਾ ਕੱਢਣਾ,
ਬਸ ਬਾਕੀ ਕੱਲ ਨੂੰ 11 ਵਜੇ ਦਾ ਕਿਹਾ, ਕੱਲ ਨੂੰ ਪੱਟ ਦਿਆਂਗੇ ਫਿਰ। ਕੱਲ ਨੂੰ ਲਾਸਟ ਆ ਬਾਈ, ਨਹੀਂ ਫਿਰ ਆਪਾਂ ਪਿੰਡ ਜਾਵਾਂਗੇ। ਹਾਂ ਜੇ ਕੱਲ ਨੂੰ ਵੀ ਨਾ ਕਿਸੇ ਨੇ ਬਟਨ ਦਿੱਤੇ ਫਿਰ ਮੈਂ ਪਿੰਡ ਜਾਊ, ਫਿਰ ਆਪਾਂ ਨੀ ਖੜਦੇ। ਆਉਣਗੇ ਹੁਣ ਤਾਂ ਹੋਣਗੇ, ਹੁਣ ਕੱਲ ਨੂੰ ਵੇਖੀ 11 ਵਜੇ ਆਉਂਦੇ। ਇਹ ਬਾਈ ਮਿੱਤਰੋ ਬਾਈ ਆਇਆ ਸੀਗਾ ਰਸੌਲੀ ਪਿੰਡ ਤੋਂ, ਹਨਾ ਬਾਈ। ਸੰਤ ਜਰਨੈਲ ਸਿੰਘ ਭਿੰਡਰਾਂ ਦੇ ਪਿੰਡ ਦੇ ਜਿਹੜਾ ਉਸ ਏਰੀਏ ਦਾ ਯੋਧਾ ਉਸ ਪਿੰਡ ਦਾ, ਉੱਥੋਂ ਦੀ ਅਗਲੀ ਜਿਹੜੀ ਨੌਜਵਾਨ ਪੀੜ੍ਹੀ ਯੋਧੇ ਜੰਮੂਗੀ, ਕਿਉਂਕਿ ਇਸ ਕਰਕੇ ਜੋ ਵੀ ਆਪਣਾ ਹੁੰਦਾ ਹੁਣ ਬਾਈ ਦਾ ਇਹ ਵਾਅਦਾ ਵੀ ਕੱਲ ਨੂੰ ਜੇ 11 ਵਜੇ ਖਨੌਰੀ ਬਾਰਡਰ ਤੇ ਕਹਿੰਦੇ ਵੀ ਜੇ ਕੱਲ ਨੂੰ ਵੀ ਜਥੇਬੰਦੀਆਂ ਅਜੇ ਢਿੱਲ ਗੁਜ਼ਾਰਦੀਆਂ ਨੇ ਤਾਂ ਕਹਿੰਦੇ ਵੀ ਫਿਰ ਆਪਾਂ ਵਾਪਸ ਜਾਵਾਂਗੇ। ਇਸ ਕਰਕੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਕੱਲ ਨੂੰ, ਤੇ ਆਪਾਂ ਜਿੰਨਾ ਵੀ ਹੋ ਸਕਿਆ ਜੇ ਤੇ ਆਪਣੀਆਂ ਮੰਗਾਂ ਕੋਈ ਮੰਨਦੇ ਨੇ ਠੀਕ ਆ, ਨਹੀਂ ਮੰਨਦੇ ਫਿਰ ਦਿੱਲੀ ਤੇ ਜਾ ਕੇ ਧੌਣ ਚੋਂ ਕਿੱਲਾ ਕੱਢਾਂਗੇ ਮੋਦੀ ਦੇ। ਦਿੱਲੀ ਦੇ ਆ ਕੇ ਤਾਂ ਮਨਾ ਹੀ ਲੈਣੀਆਂ, ਉਹ ਤਾਂ ਅੱਗੇ ਵੀ ਮਨਾ ਕੇ ਆਏ ਸੀ, ਭਾਵੇਂ ਸਾਲ ਲੱਗ ਗਿਆ ਸੀ, ਮਨ ਤਾਂ ਗਿਆ ਸੀ ਪਰ ਥੋੜੀ ਜਿਹੀ ਚਲੋ ਮਨਾ ਕੇ ਤਾਂ ਆਏ ਸੀ ਨਾ। ਐਸਕੀ ਵੀ ਮਨਾਵਾਂਗੇ, ਟੈਨਸ਼ਨ ਨਾ ਲਓ। ਲਓ ਬਈ ਡੈਨਾਸੌਰ ਕੋਲੇ ਇਕੱਠ, ਕੋਈ ਮੀਟਿੰਗ ਚੱਲ ਰਹੀ ਹੈ, ਸਾਡੇ ਤੋਂ ਬਿਨਾਂ ਮੀਟਿੰਗ ਚੱਲ ਰਹੀ ਹੈ। ਗਲਤ ਨੀ ਬੋਲਣਾ ਗਾਈ ਬਾਈ, ਇੰਨੇ ਬੋਲਿਆ ਵਾ ਕੁਛ ਜੇ ਰਿਕਾਰਡਿੰਗ ਆਈ ਉਹ ਤਾਂ ਗਈ। ਬਸ ਠੀਕ ਹੈ, ਜੋ ਵੀ ਬੋਲਿਆ ਇਹ ਬੋਲਿਆ। ਇੱਥੇ ਬੈਠਾ ਲਓ ਬਾਈ, ਬਾਰਡਰ ਤੇ ਕੀਤੀ ਸੀ ਉਹਨਾਂ ਨਾਲ ਗੱਲਬਾਤ ਗਈ, ਮੈਂ ਗਿਆ ਸੀ ਉੱਥੋਂ ਤੱਕ ਗਿਆ ਸੀ, ਮੈਂ ਕਿਹਾ ਦੱਸੋ ਬਾਈ ਸਾਨੂੰ ਲੰਘਣ ਕਿਉਂ ਨਹੀਂ ਦੇ ਰਹੇ, ਹੈ ਤਾਂ ਇੰਡੀਆ ਹੀ ਇਹ, ਪਾਕਿਸਤਾਨ ਤਾਂ ਨਹੀਂ ਪਰਲੇ ਪਾਸੇ। ਕਹਿੰਦੇ ਤੁਸੀਂ ਪਿੱਛੇ ਮੁੜ ਜਾਓ, ਮੈਂ ਕਿਹਾ ਫਿਰ ਕੋਈ ਨਾ ਕੱਲ ਨੂੰ 11 ਵਜੇ ਤਿਆਰ ਰਹੋ। ਬਾਕੀ ਕੋਈ ਨਾ ਹੋਰ ਸੈੱਟ ਹੋ, ਤਿਆਰੀ ਫੁੱਲ ਆ ਕੱਲ ਦੀ, ਕੱਲ ਨੂੰ 11 ਵਜੇ ਬੈਂਡਾ, ਨਹੀਂ ਤਾਂ ਪਿੰਡ ਚੱਲਾਂਗੇ। ਹਾਂ ਨਹੀਂ ਪਿੰਡ ਚੱਲਾਂਗੇ ਬਾਈ, ਹਾਂ ਕਿੰਨਾ ਕੁ ਟਾਈਮ ਵੇਟ ਕਰੀ ਜਾਵਾਂਗੇ। ਹਾਂ ਨਹੀਂ ਬਾਕੀ ਬਾਈ ਜਥੇਬੰਦੀਆਂ ਸਾਰੀਆਂ ਕਹੀ ਜਾਂਦੀਆਂ ਕਿ ਕੱਲ ਨੂੰ 11 ਵਜੇ, ਦੀਪ ਸਿੱਧੂ ਨੇ ਵੀ ਕਿਹਾ। ਭਾਨੇ ਸਿੱਧੂ ਨੇ ਵੀ ਯਾਰ ਕਿਹਾ, ਕਹਿੰਦੇ ਕੱਲ ਨੂੰ 11 ਵਜੇ ਬਾਈ। ਫਿਰ ਤਾਂ ਘਰੇ ਵੀ ਖਾਈ ਜਾਂਦੇ ਰੋਟੀਆਂ ਬਾਈ, ਨੌਜਵਾਨ ਸਾਰੇ ਬਾਈ ਜਿਹਨੂੰ ਮਰਜ਼ੀ ਪੁੱਛ ਲਓ, ਆਈ ਕਹਿੰਦਾ ਕੱਲ ਦੀ ਵੇਟ ਆ, ਨਹੀਂ ਤਾਂ ਪਿੰਡ ਚੱਲਾਂਗੇ। ਬਸ ਠੀਕ ਆ ਬਾਈ, ਲਓ ਬਾਈ ਮਿੱਤਰੋ ਹੁਣ ਜਾ ਰਹੇ ਹਾਂ ਬਾਈ ਜਿੱਥੇ ਆਪਾਂ ਰਹਿੰਦੇ ਹਾਂ ਨਾ, ਜਿੱਥੇ ਘਰ ਬਣਾਇਆ ਵਾ, ਅਤੇ 5 ਵਜੇ ਸਾਡੀ ਮੀਟਿੰਗ ਆ ਬਾਈ ਸਾਰੇ ਜਥੇਬੰਦੀਆਂ ਦੇ ਨਾਲ, ਅਤੇ ਕੱਲ੍ਹ ਦੀ ਰਣਨੀਤੀ ਬਾਰੇ ਕਰਾਂਗੇ ਗੱਲਾਂ ਬਾਤਾਂ ਉਹਨਾਂ ਨਾਲ, ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਸਾਰਿਆਂ ਦੇ ਨਾਲ ਲੱਗ ਕੇ ਭਈਆ ਜਿਵੇਂ ਕਿਸਾਨ ਆਗੂ ਕਹਿਣਗੇ ਸਾਰਿਆਂ ਦੇ ਨਾਲ ਆ, ਕਿਸੇ ਤੋਂ ਵੱਖ ਨਹੀਂ ਗੇ ਬਾਈ। ਕਈ ਵਾਰੀ ਬਾਈ ਜਜ਼ਬਾਤੀ ਜਿਹੇ ਹੋ ਜਾਂਦੇ ਆ, ਕਿਉਂਕਿ ਬਾਈ ਖੂਨ ਉਬਲਦਾ ਹੈ ਨਾ ਬਾਈ, ਗਰਮ ਖੂਨ ਸਾਰਿਆਂ ਦੇ ਨਾਲ ਹੀ ਆ, ਇਹਨਾਂ ਦੀ ਕਾਲ ਤੇ ਬਾਈ 13 ਨੂੰ ਆਏ ਆ, ਸਹੀ ਆ ਨਾ, ਤੇ ਨਾਲ ਹੀ ਆ ਇਹਨਾਂ ਦੇ। ਤੇ ਬਾਕੀ ਸ਼ਾਮ ਨੂੰ 5 ਵਜੇ ਮੀਟਿੰਗ ਆ, ਮੀਟਿੰਗ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ। ਤੇ ਮਿੱਤਰੋ 21 ਤਰੀਕ ਨੂੰ 11 ਵਜੇ ਜ਼ਰੂਰ ਸਾਰੇ ਜਣੇ ਪਹੁੰਚੋ, ਪਟਨੇ ਆ ਕੱਲ ਨੂੰ, ਤੇ ਕੱਲ ਨੂੰ ਦਿੱਲੀ ਜਾਣਾ, ਕੱਲ ਦੀ ਰੋਟੀ ਰਾਤ ਦੀ ਦਿੱਲੀ ਖਾਣੀ ਆ,
ਪਹੁੰਚ ਕੇ ਖਾਣੀ ਆ ਮਿੱਤਰੋ। ਆ ਗਏ ਆ ਗਏ ਆ ਗਏ ਛੱਡ ਕੇ ਆ ਗਏ ਇਹਨਾਂ ਨੂੰ ਮਿੱਤਰੋ। ਗੇੜਾ ਕੱਢਣ ਗਏ ਸੀ ਸਾਰੇ ਜਿੰਨੇ ਵੀ ਲਾਈਨ ਚ ਖੜੇ ਆ ਟਰੈਕਟਰ, ਗੇੜਾ ਦੇਖਣ ਗਏ ਸੀ ਕਿ ਤਕੜੇ ਆ, ਕੱਲ ਦੀ ਤਿਆਰੀ ਆ ਫੁੱਲ ਬਾਈ, ਫੁੱਲ ਤਿਆਰੀ ਕਰੀ ਫਿਰਦੇ ਆ। ਕੱਲ ਨੂੰ 11 ਵਜੇ ਕਹਿੰਦੇ ਦਿੱਲੀ ਗੂੰਜ, ਕਹਿੰਦੇ ਮਗਲੈਲ ਮਗਲੂਲ ਚੈੱਕ ਕਰਦੇ ਆ ਤੇ ਟਰੈਕਟਰਾਂ ਤੇ ਕੱਪੜਾ ਮਾਰੀ ਜਾਂਦੇ ਆ, ਪਾਣੀ ਮਾਰੀ ਜਾਂਦੇ ਆ, ਧੋਈ ਜਾਂਦੇ, ਕਹਿੰਦੇ ਧੋ ਧੋ ਕੇ ਪਾਲਸ਼ਾ ਮਾਰ ਕੇ ਦਿੱਲੀ ਨੂੰ ਲਿਜਾਣਾ। ਹਾਏ ਹਾਏ ਹਾਏ, ਸਿਰਾ ਗੱਲਬਾਤ ਆ, ਸਿਰਾ ਕਰਾਇਆ ਪਿਆ ਜਨਤਾ ਦਾ ਬਾਈ, ਕਿਸਾਨ ਭਰਾ ਮੇਰੇ ਬਾਈ, ਜਨਤਾ ਦਾ ਕਾਹਤੋਂ। ਚੱਲ ਤੂੰ ਇਹ ਕਹਿ ਦਿੰਦੇ ਆ, ਜਿਹੜੇ ਵੀ ਆਪਣੇ ਵਰਗੇ ਮੇਰੇ ਚਿੱਟੇ ਹੁੰਦੇ ਆ, ਆਪਾਂ ਇੱਕ ਦੂਜੇ ਨੂੰ ਜਨਤਾ ਹੀ ਕਹਿ ਦਿੰਦੇ ਆ, ਪਰ ਭਰਾ ਆਪਣੇ ਕਿਸਾਨ ਭਰਾ ਬਾਈ, ਟੈਨਸ਼ਨ ਨਾ ਲਓ ਮਿੱਤਰੋ, ਨਾਲ ਆ ਤੁਹਾਡੇ, ਤੁਹਾਡੇ ਨਾਲ ਤਾਂ ਮੂਹਰੇ ਹੀ ਖੜਾਂਗੇ ਅਤੇ ਤਿਆਰ ਬਰ ਤਿਆਰ ਆ ਫੌਜਾਂ ਕੱਲ੍ਹ ਨੂੰ ਜਾਣ ਨੂੰ। ਸਾਡਾ ਕੰਮ ਹੁਣ ਦੱਸ ਕੀ ਚਾਹੀਦਾ ਤੈਨੂੰ, ਕਿਹੜੀ ਚਾਬੀ, ਮੋਟਰਸਾਈਕਲ, ਕਿਹੜਾ ਮੋਟਰਸਾਈਕਲ ਬਾਈ, ਇਹਦੇ ਮੋਟਰਸਾਈਕਲ ਦੀ ਨਾ ਚਾਬੀ ਗਵਾ ਚੁੱਕੀ ਯਾਰ ਆਪਣੇ ਕੋਲੇ ਸੀਗਾ, ਚਲੋ ਕੋਈ ਗੱਲ ਨੀ ਲੱਭ ਲੈਣੇ ਚਾਬੀ, ਚਾਬੀ ਤੂੰ ਚਾਹ ਚੂ ਪੀ ਯਾਰ ਕਿਸੇ ਤੋਂ ਮੰਗਵਾ ਕੇ। ਅੱਛਾ ਚੂ ਦਾ ਟਾਈਮ ਹੋ ਗਿਆ ਤੇਰਾ, ਮੂੰਹ ਹੀ ਉੱਡ ਗਿਆ ਯਾਰ ਸਾਡੇ ਸਾਰਿਆਂ ਚੋਂ ਬਾਈ, ਇੱਕ ਬੰਦਾ ਕੱਲਾ ਆਹ ਇਹ ਪੈਗ ਲਾਉਂਦਾ, ਹੋਰ ਕੋਈ ਪੈਗ ਨਹੀਂ ਲਓ ਬਾਈ। ਗਾਈਸ ਕਹਿੰਦੇ ਟਾਕ ਥਾ ਟ੍ਰੈਕਟਰ ਪਾਤਾ ਕੱਪੜਾ ਕੁਪੜਾ, ਓਕੇ ਜੀ ਰਿਪੋਰਟ ਆ ਕੰਮ, ਲਓ ਬਾਈ ਟਾਕ ਥਾ ਜਾਵਾਂ। ਲਓ ਬਾਈ ਗਾਈਸ ਕਹਿੰਦੇ ਰਾਤ ਦੇ 9 ਵਜੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਲਾਈਵ, ਲਾਈਵ ਨਹੀਂ ਮਿੱਤਰੋ ਵਲੌਗ 'ਤੇ ਦੇਖ ਰਹੇ ਹੋ। ਮੈਂ ਕਿਹਾ ਚਲੋ ਅੱਜ ਵੀ ਦਿਖਾ ਦਈਏ, ਬਾਕੀ ਗਾਂਹ ਜਾ ਕੇ ਦਿਖਾ ਦਿਆਂਗੇ ਵਾਲੀ ਗੱਲ ਯਾਰ। ਪ੍ਰਸ਼ਾਦੇ ਪਾਣੀ ਛਾਕ ਕੇ ਆਪਣੇ ਬਾਈ ਹਜੇ ਸੈੱਟ ਕਰਕੇ ਲਾਈ ਜਾਂਦਾ, ਪ੍ਰਸ਼ਾਦੇ ਪਾਣੀ ਛਾਕ ਕੇ ਟਰਾਲੀਆਂ ਦੇ ਵਿੱਚ ਸੰਗਤਾਂ ਪੈ ਗਈਆਂ ਮਿੱਤਰੋ, ਕਿਸਾਨ ਭਰਾ ਆਪਣੇ। ਅਤੇ ਮੇਰਾ ਨਾ ਅੱਜ ਢਿੱਡ ਆ ਬਾਹਲਾ ਜ਼ਿਆਦਾ ਦੁਖੀ ਜਾਂਦਾ, ਅਤੇ ਮੈਨੂੰ ਆਇਆ ਮੈਨੂੰ ਕੋਈ ਟੀਕਾ ਟੂਕਾ ਨਾ ਲਵਾ ਕੇ ਆਉਣਾ ਪਵੇ, ਪਤਾ ਨਹੀਂ ਕੀ ਚੱਕਰ ਪੈ ਗਿਆ ਮਿੱਤਰੋ, ਹੁਣ ਢਿੱਡ ਦੁਖਣ ਲੱਗ ਜਾਂਦਾ। ਅਤੇ ਬਾਕੀ ਕਈ ਮੇਰੇ ਭਰਾ ਮੇਰੇ ਵਰਗੇ ਰੇਂਜ ਨੂੰ ਉਡੀਕਦੇ ਹੋਣਗੇ ਕਿ ਆਊਗੀ ਬਾਈ ਆਊਗੀ ਪੈਟਰੋਲ ਪੰਪ 'ਤੇ ਬਾਈ। ਅਤੇ ਮਿੱਤਰੋ ਕੱਲ੍ਹ ਨੂੰ ਦਿੱਲੀ ਕੂਚ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਹੋਈ, ਅਤੇ ਸਾਰੀਆਂ ਜਥੇਬੰਦੀਆਂ ਨਾਲ ਬਾਈ ਮੀਟਿੰਗ ਹੋਈ ਸੀਗੀ, ਅਤੇ ਸ਼ਾਮ ਦੀ 5 ਵਜੇ ਦੀ ਮੀਟਿੰਗ ਸੀਗੀ, ਸਾਨੂੰ ਵੀ ਬੁਲਾਇਆ ਸੀ ਬਾਈ, ਸਾਰੇ ਜਥੇਬੰਦੀਆਂ ਨਾਲ ਗੱਲ ਹੋਈ। ਕੱਲ੍ਹ ਨੂੰ 9 ਵਜੇ ਬਾਈ ਸਾਰੇ ਜਣੇ ਬਾਰਡਰ 'ਤੇ ਪਹੁੰਚੋ, ਦਿੱਲੀ ਨੂੰ ਜਾਣਾ ਆਪਾਂ। ਮੈਂ ਕਿਹਾ ਚਲੋ ਤੁਹਾਨੂੰ ਵੀ ਅਪਡੇਟ ਦੇ ਦੀ, ਕੱਲ੍ਹ ਨੂੰ ਸੁਬਹਾ 9 ਵਜੇ ਬਾਈ ਬਾਰਡਰ ਦਿੱਲੀ ਨੂੰ ਕੂਚ ਕਰਨਾ ਮਿੱਤਰੋ, ਦਿੱਲੀ ਨੂੰ ਕੂਚ ਚੱਲਾਂਗੇ, ਅਤੇ ਸਾਨੂੰ ਵੀ ਬਾਈ ਅਸੀਂ ਵੀ ਤੁਹਾਡੇ ਨਾਲ, ਠੀਕ ਆ, ਅਤੇ ਅਸੀਂ ਵੀ ਬਾਈ ਸਾਰੇ ਜਥੇਬੰਦੀਆਂ ਦੇ ਨਾਲ, ਠੀਕ ਆ, ਜਿਵੇਂ ਕੱਲ੍ਹ ਨੂੰ ਕਹਿਣਗੇ ਉਵੇਂ ਚੱਲਾਂਗੇ। ਬਾਕੀ ਬਾਈ ਇੰਨੇ ਯੋਗਾ ਸਮਝਿਆ ਸਾਨੂੰ, ਧੰਨਵਾਦ ਬਾਈ ਮੀਟਿੰਗ 'ਚ ਬੁਲਾਉਣ ਵਾਸਤੇ, ਹੈ ਨਾ, ਸਹੀ ਗੱਲ ਆ ਨਾ ਮੋਟੇ ਬਾਈ, ਸਹੀ ਹੈ ਬਾਈ ਸਹੀ। ਹਾਂ, ਅਤੇ ਮਿੱਤਰੋ ਕੱਲ੍ਹ ਨੂੰ 9 ਵਜੇ ਬਾਅਦ ਤੋਂ ਆ ਜਿਓ ਮਿੱਤਰੋ, ਕੀ ਕਹਿੰਦੇ ਹੁੰਦੇ ਆ, 9 ਵਜੇ ਆ ਜਿਓ ਸਾਰੇ ਜਣੇ ਭਰਾ ਬਣ ਕੇ, ਦਿੱਲੀ ਕੂਚ ਕਰਨੀ ਮਿੱਤਰੋ, ਦਿੱਲੀ ਕੂਚ।
ਇਹ 2.5 ਕਿਲੋ ਕਾ ਆ ਸਕਦਾ ਸੀ ਯਾਰ, ਚਲ ਜਾ ਦਿੱਲੀ ਪੂਜੀ ਕਰੂਗਾ ਇਹ ਨਹੀਂ। ਬਾਕੀ ਚਲੋ ਠੀਕ ਆ ਗਾਈਸ, ਜੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਤੇ ਮਿੱਤਰੋ 6 ਲੱਖ ਹੋਣ ਵਾਲੀ ਆ, ਥੋੜੇ ਜਿਹੇ ਰਹਿ ਗਏ, ਦੱਬ ਦਿਓ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ।